ਸਾਡੇ ਕੋਲ ਅੱਜ 111 ਸੈਂਪਲਾਂ ਦੀ ਰਿਪੋਰਟ ਆਈ ਹੈ, ਉਹਦੇ ਵਿੱਚੋਂ 15 ਪੋਜ਼ਿਟਿਵ ਆਏ ਆ। ਅਤੇ ਉਹਦੇ 'ਚੋਂ ਜੋ ਅਸੀਂ ਐਨਾਲਿਸਿਸ ਦੇਖ ਰਹੇ ਹਾਂ, ਉਹਦੇ 'ਚੋਂ ਲੱਗਦਾ ਕਿ ਮੋਸਟਲੀ ਜਿਹੜੇ ਹੈਗੇ ਆ ਉਹ ਜਿਹੜੇ ਹਜ਼ੂਰ ਸਾਹਿਬ ਸਾਡੇ ਗਏ ਹੋਏ ਸੀਗੇ ਸ਼ਰਧਾਲੂ, ਉਹਨਾਂ ਵਿੱਚੋਂ ਹੀ ਆਏ। ਹੁਣ ਤੱਕ ਸਾਡੇ ਕੋਲ ਜੇ ਪਿਛਲੇ 2 ਕੇਸ ਮਿਲਾ ਲਈਏ ਤਾਂ ਟੋਟਲ 19 ਕੇਸ ਹੋ ਗਏ, ਜਿਸ 'ਚੋਂ 17 ਕੇਸ ਜਿਹੜੇ ਹੈਗੇ ਸ਼ਰਧਾਲੂਆਂ ਵਾਲੇ ਹੈ, ਅਤੇ ਬਾਕੀ 2 ਕੇਸ ਜਿਹੜੇ ਹੈਗੇ ਪਹਿਲਾਂ ਸਾਡੇ ਕੋਲ ਹੈ ਹੀ ਸੀਗੇ। ਉਹ ਤਾਂ ਜੋ ਟ੍ਰੀਟਮੈਂਟ ਹੈਗਾ ਉਹਦੇ ਅਕੋਰਡਿੰਗ ਕਰਾਂਗੇ, ਉਹਨਾਂ ਨੂੰ ਆਈਸੋਲੇਸ਼ਨ ਸੈਂਟਰ ਭੇਜਾਂਗੇ, ਉੱਥੇ ਰਹਿਣਗੇ ਉਹ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਰਹੇਗਾ। ਸਾਡੇ ਕੋਲ ਨਹੀਂ, ਟੋਟਲ ਸਾਡੇ ਕੋਲ ਤਕਰੀਬਨ 100 ਦੇ ਕਰੀਬ ਸੈਂਪਲ ਜਿਹੜੇ ਹੈਗੇ ਸਾਡੇ ਪੈਂਡਿੰਗ ਹੈ। ਉਹਨਾਂ ਦਾ ਉਮੀਦ ਹੈ ਕੱਲ੍ਹ ਪਰਸੋਂ ਦਾ ਰਿਪੋਰਟ ਆ ਜਾਏਗੀ ਉਹਨਾਂ ਦੀ ਵੀ। ਅਸੀਂ ਟੋਟਲ 600 ਦੇ ਕਰੀਬ ਸੈਂਪਲ ਜਿਹੜੇ ਹੈਗੇ ਹੈ ਉਹ ਅਸੀਂ ਕਰ ਚੁੱਕੇ, ਅਤੇ ਉਹਦੇ ਵਿੱਚੋਂ ਸਾਡੇ ਕੋਲ ਰਿਜ਼ਲਟਸ ਜਿਹੜੇ ਹੈਗੇ ਹੈ ਟੋਟਲ 636 ਸੈਂਪਲ ਅਸੀਂ ਕੀਤੇ ਸੀਗੇ, ਜਿਹਦੇ ਵਿੱਚੋਂ ਸਾਡੇ ਕੋਲ 15 ਦੇ 4 19 ਪੋਜ਼ਿਟਿਵ ਆਏ ਹੈ, ਅਤੇ 100 ਦੇ ਕਰੀਬ ਸਾਡੀ ਰਿਪੋਰਟ ਜਿਹੜੀ ਹੈਗੀ ਉਹ ਪੈਂਡਿੰਗ ਹੈ, ਬਾਕੀ ਨੈਗੇਟਿਵ ਹੈ ਸਾਰੇ। ਜਿਹੜੇ ਪੋਜ਼ਿਟਿਵ ਆਏ ਉਹਨਾਂ ਨੂੰ ਤਾਂ ਅਸੀਂ ਆਈਸੋਲੇਸ਼ਨ ਸੈਂਟਰ 'ਤੇ ਰੱਖਾਂਗੇ ਆਪਣੇ, ਅਤੇ ਜਿਹੜੇ ਬਾਕੀ ਹੈਗੇ ਆ ਉਹਨਾਂ ਨੂੰ ਅਸੀਂ ਆਪਣੇ ਜਿਹੜੇ ਕੁਆਰੰਟਾਈਨ 'ਚ ਭੇਜ ਦਾਂਗੇ, ਉਹ 21 ਦਿਨ ਕੁਆਰੰਟਾਈਨ 'ਚ ਰਹਿਣਗੇ। ਨਹੀਂ, ਸਾਰੇ ਪਿੰਡਾਂ ਦੇ ਵੀ ਹੈਗੇ ਆ, ਬਰਾਲ ਲੋਕਲ ਵੀ ਹੈਗੇ, ਪਿੰਡਾਂ ਦੇ ਵੀ ਹੈਗੇ ਆ। ਨਹੀਂ ਫਿਲਹਾਲ ਕੋਈ ਸੀਰੀਅਸ ਕੋਈ ਨਹੀਂ। ਹਾਂ ਉਹ ਵੀ ਹੈਗੇ, ਲੇਡੀਜ਼ ਵੀ ਹੈਗੀਆਂ ਵਿੱਚ, ਬੱਚੇ ਵੀ ਹੈ, 1-2 ਬੱਚੇ ਵੀ ਹੈਗੇ। ਬਾਕੀ ਡੇਟਾ ਅਸੀਂ ਦੇਖ ਰਹੇ ਹਾਂ ਅਜੇ, ਉਹ ਸਾਰਾ ਡੇਟਾ ਸਾਡੇ ਕੋਲ ਹੋਰ ਉਮੀਦ ਹੈ ਵੀ ਘੰਟੇ ਡੇਢ ਘੰਟੇ ਦੀ ਡਿਟੇਲ ਸਾਰੀ ਤਿਆਰ ਹੋ ਜਾਏਗੀ, ਕਿਉਂਕਿ ਰਿਜ਼ਲਟ ਹੋਣੀ 10-15 ਮਿੰਟ ਪਹਿਲਾਂ ਹੀ ਆਇਆ ਮੇਰੇ ਕੋਲ, ਉਹ ਡਿਟੇਲ ਦੇਖ ਰਹੇ ਹਾਂ ਅਸੀਂ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੁਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।